ਲਵੰਤ ਸਿੰਘ ਵਿਰਕ ਦੀ ਕਹਾਣੀ ਹੈ ਤੂੰ ਹੀ ਦੱਸ ਗੁਜਰੀ ਦਾ ਅਸਲੀ ਨਾਂ ਕੁਝ ਹੋਰ ਸੀ ਪਰ ਸਾਰੇ ਲੋਕੀ ਉਹਨੂੰ ਗੁਜਰੀ ਹੀ ਆਖਦੇ ਸਨ ਇਸ ਕਰਕੇ ਕਿ ਉਹ ਪਿੰਡ ਦੀ ਸਭ ਤੋਂ ਸੋਹਣੀ ਕੁੜੀ ਸੀ ਮੇਲਿਆਂ ਵਿੱਚ ਖਡੌਣਿਆਂ ਵਾਲੀਆਂ ਹੱਟੀਆਂ ਤੇ ਜਿਹੜੀਆਂ ਰੰਗ-ਬਰੰਗੀਆਂ ਸੋਹਣੀਆਂ-ਸੋਹਣੀਆਂ ਮਿੱਟੀ ਦੀਆਂ ਬੜੀਆਂ ਹੋਈਆਂ ਗੁੱਡੀਆਂ ਵਿਕਦੀਆਂ ਸਨ ਉਹਨਾਂ ਨੂੰ ਲੋਕ ਗੁਜਰੀਆਂ ਹੀ ਆਖਦੇ ਸਨ ਇਹ ਨਾਂ ਤੇ ਗੁਜਰੀ ਦਾ ਨਿੱਕੀ ਹੁੰਦੀ ਦਾ ਟਿਕ ਗਿਆ ਸੀ ਪਰ ਵੱਡੇ ਹੋ ਕੇ ਉਹਦਾ ਉਸ ਤੋਂ ਹੱਪਣ ਵੀ ਵੱਡਾ ਹੋ ਗਿਆ ਸੀ ਤੇ ਵੱਡੀ ਹੋ ਕੇ ਹਰ ਚੀਜ਼ ਵੱਧੀ ਹੈ ਪਿੰਡ ਦੀਆਂ ਜਨਾਨੀਆਂ ਉਸ ਬਾਰੇ ਕਹਿੰਦੀਆਂ ਉਹਨੂੰ ਤੇ ਰੱਬ ਨੇ ਆਪਣੇ ਹੱਥ ਨਾਲ ਘੜਿਆ ਹੈ ਬਸ ਮੂਰਤ ਤੇ ਮੂਰਤ ਤੇ ਜਦੋਂ ਕਿਸੇ ਸੜਕ ਵੱਟ ਤੋਂ ਲੰਘਦੀ ਤਾਂ ਧੀਆਂ ਭੈਣਾਂ ਵੀ ਦੀ ਸ਼ਰਮ ਵਾਲੇ ਜੱਟ ਵੀ ਇੱਕ ਦੂਜੇ ਨੂੰ ਕਹਿ ਉੱਠਦੇ ਉਹ ਚੈਲਾ ਦੀ ਇਹ ਕੁੜੀ ਬਈ ਬੁੜੀ ਸ਼ਕਲ ਵਾਲੀ ਹੈ ਗੁਜਰੀ ਨੂੰ ਆਪ ਵੀ ਇਸ ਗੱਲ ਦਾ ਪੂਰਾ ਗਿਆਨ ਸੀ ਮੇਲੇ ਮੱਸਿਆ ਤੇ ਜਾਂਦਿਆਂ ਗਦੈਲਿਆਂ ਵਾਲੀਆਂ ਗੱਡੀਆਂ 'ਚ ਉਸ ਕਈ ਤਰ੍ਹਾਂ ਦੀਆਂ ਬੜੀਆਂ ਫੱਬੀਆਂ ਜਨਾਨੀਆਂ ਵੇਖੀਆਂ ਸਨ ਪਰ ਉਹ ਜਾਣਦੀ ਸੀ ਕਿ ਇਹ ਸਾਰੀਆਂ ਉਸ ਨੂੰ ਨਹੀਂ ਪਹੁੰਚ ਸਕਦੀਆਂ ਉਹਦਾ ਰੰਗ ਇੰਨਾ ਸਾਫ਼ ਸੀ ਕਿ ਪਿੰਡੂ ਮੁੰਡਿਆਂ 'ਚ ਇਹ ਗੱਲ ਧੁਮੀ ਹੋਈ ਸੀ ਕਿ ਜਦੋਂ ਰੰਗਦਾਰ ਸੋਡੇ ਦੀ ਬੋਤਲ ਪੀਂਦੀ ਹੈ ਤੇ ਸੋਡਾ ਉਹਦੇ ਸੰਗੋਂ ਘੇਠਾਂ ਉਤਰਦਾ ਦਿਸਦਾ ਰਹਿੰਦਾ ਗੁਜਰੀ ਦੀ ਇਸ ਬਾਦਸ਼ਾਹੀ 'ਚ ਇੱਕ ਦਿਨ ਬਗਾਵਤ ਦਾ ਝੰਡਾ ਖੜਾ ਹੋ ਗਿਆ ਗੁਵਾਂਡ ਵਾਲੀ ਚਾਚੀ ਚੀਮੀ ਦਾ ਕਾਲਜ ਚ ਪੜਦਾ ਆਪਣੇ ਵਾਂ ਛੁੱਟੀਆਂ ਕੱਟਣ ਉੱਥੇ ਆ ਗਿਆ। ਚੱਲੀ ਜੀ ਆਪਣੇ ਭਨੇਵੇਂ ਦੇ ਸੁਹੱਪਣ ਬਾਰੇ ਲੋਕਾਂ ਨੂੰ ਗੱਲਾਂ ਸੁਣਾਉਂਦੀ ਫਿਰਦੀ। ਕਹਿੰਦੀ ਇਹ ਅਜੇ ਅਣਜਾਣਾ ਜਿਹਾ ਹੀ ਸੀ ਕਿ ਇੱਕ ਦਿਨ ਪਿੰਡ ਦੀ ਸੜਕ ਤੇ ਖੇਡਦਾ ਫਿਰਦਾ ਸੀ। ਉਹ ਸੜਕ ਤੋਂ ਕੁਝ ਅੰਗਰੇਜ਼ ਲੰਘੇ ਤੇ ਉਹਨੂੰ ਵੇਖ ਕੇ ਉਹਨਾਂ ਆਪਣੀ ਮੋਟਰ ਖਿਲਾਗ ਲਈ ਤੇ ਕਹਿਣ ਲੱਗੇ ਇਹ ਬੱਚਾ ਤੇ ਸਾਡਾ ਏ ਤੁਸੀਂ ਕਿੱਥੋਂ ਲਿਆਏ ਤੇ ਮੇਰੀ ਭੈਣ ਵਿਚਾਰੀ ਬਥੇਰੇ ਘੀਰਨੇ ਪਾਏ। ਮਰੂ ਅੱਖਾਂ ਤੇਰਾ ਬੱਚਾ ਐਡਾ ਸੋਹਣਾ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਤੇ ਕਿਸੇ ਮੇਮ ਦਾ ਬੱਚਾ ਤੇ ਫਿਰ ਪਿੰਡ ਦੇ ਵੱਡੇ ਵੱਡੇ ਬੰਦੇ ਆ ਹੱਥ ਪੱਲਾ ਜੋੜ ਕੇ ਉਹਨਾਂ ਤੋਂ ਇਹਦੀ ਖਲਾਸੀ ਕਰਾਈ ਚਾਚੀ ਚੀਮੀ ਨੇ ਤਾਂ ਭਲਾ ਆਪਣੇ ਭਨੇਵੇਂ ਦੀ ਸੇਫਤ ਕਰਨੀ ਸੀ ਪਰ ਉਸ ਤਰ੍ਹਾਂ ਵੀ ਪਿੰਡ ਦੀਆਂ ਕੁੜੀਆਂ ਦੀ ਕੁਸਰ-ਕੁਸਰੇ ਦੱਸਦੀ ਸੀ ਵੀ ਉਹਨਾਂ ਇਹੋ ਜਿਹਾ ਮੁੰਡਾ ਕਦੇ ਨਹੀਂ ਵੇਖਿਆ ਭਾਵੇਂ ਇਸ ਨਾਲ ਗੁਜਰੀ ਦੇ ਮਾਨ ਨੂੰ ਕੋਈ ਸਿੱਧੀ ਛੱਟ ਨਹੀਂ ਵੱਜਦੀ ਸੀ ਮੁੰਡੇ ਕੁੜੀ ਦੇ ਸੁਹੱਪਣ ਦੀ ਆਪੋ ਵਿੱਚ ਕੀ ਟੱਕਰ ਹੋ ਸਕਦੀ ਹੈ ਫਿਰ ਵੀ ਗੁਜਰੀ ਉਹਦੀ ਇੰਨੀ ਸਿਫਤ ਹੁੰਦੀ ਸਹਾਰ ਨਹੀਂ ਸਕਦੀ ਸੀ ਇਸ ਤਰ੍ਹਾਂ ਵੰਡ ਕੇ ਖਾਣਾ ਉਸ ਲਈ ਬੜਾ ਔਖਾ ਸੀ ਇਸ ਪਿੰਡ 'ਚ ਉਹ ਇਕੱਲੀ ਰਾਜ ਕਰਨਾ ਚਾਹੁੰਦੀ ਸੀ ਪਰ ਉਹਦੇ ਰਾਜ ਤੇ ਸ਼ੰਕਾ ਪੈਦਾ ਹੋ ਚੁੱਕਿਆ ਸੀ ਲੋਕਾਂ ਨੇ ਤਾਂ ਕਦੇ ਦੋਹਾਂ ਨੂੰ ਆਮਣੇ-ਸਾਮਣੇ ਰੱਖ ਕੇ ਉਸ ਮੁੰਡੇ ਨੂੰ ਨਹੀਂ ਉੱਚਿਆ ਆ ਸੀ ਪਰ ਗੁਜਰੀ ਦਾ ਤੇ ਸਵੈ ਵਿਸ਼ਵਾਸੀ ਠੱਟ ਗਿਆ ਸੀ ਉਸ ਮੁੰਡੇ ਨੂੰ ਤੇ ਫਿਰ ਆਪਣੇ ਆਪ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੀ ਸੀ ਕਿ ਉਸ ਤੋਂ ਵਧੇਰੇ ਸੋਹਣੀ ਹੈ ਕਾਲਜ 'ਚ ਪੜਨ ਕਰਕੇ ਤੇ ਸ਼ਹਿਰ 'ਚ ਰਹਿਣ ਕਰਕੇ ਮੁੰਡੇ ਦੇ ਨਕਸ਼ ਬੜੇ ਤਿੱਖੇ ਹੋ ਗਏ ਸਨ ਪਰ ਉਹਦੀਆਂ ਲੱਤਾਂ ਤੇ ਕੋਈ ਇੰਨੀਆਂ ਗੂਰੀਆਂ ਨਹੀਂ ਸੀ ਤੇ ਨਾਲੇ ਉਹਨਾਂ ਤੇ ਵਾਲ ਸਨ ਪਤਲੀਆਂ ਹੋਣ ਕਰਕੇ ਉਹਨਾਂ ਵਿੱਚਲੀ ਹੱਡੀ ਬਾਹਰ ਉੱਬਰ ਆਈ ਸੀ ਤੇ ਭੱਦੇ ਲੱਗਦੇ ਸੀ ਗੁਜਰੀ ਦੀਆਂ ਆਪਣੀਆਂ ਲੱਤਾਂ ਤੇ ਡਾਢੀਆਂ ਸੋਹਣੀਆਂ ਸਨ ਲੱਤਾਂ ਤੋਂ ਉਤਲਾ ਸਰੀਰੇ ਤੋਂ ਵੀ ਵਧੇਰੇ ਸੋਹਣਾ ਸੀ ਇੱਕ ਦਿਨ ਉਹਨੂੰ ਨਹਾਉਂਦਿਆਂ ਵੇਖ ਕੇ ਉਹਨੂੰ ਇੱਕ ਕੁੜੀ ਨੇ ਕਿਹਾ ਸੀ ਨਹੀਂ ਪਹਿਣਾ ਤੇਰੇ ਪੱਟ ਤੇ ਅਸਲੋਂ ਚਾਂਦੀ ਵਰਗੇ ਨੇ ਗੁਜਰੀ ਦਾ ਪਿੰਡਾ ਵੀ ਉਸ ਮੁੰਡੇ ਦੇ ਪਿੰਡੇ ਨਾਲੋਂ ਕਿਧਰੇ ਵਧੇਰੇ ਸੋਹਣਾ ਸੀ ਤੇ ਜੇ ਉਹ ਮੁੰਡਾ ਉਹਦਾ ਸਰੀਰ ਵੇਖ ਲਵੇ ਤਾਂ ਜ਼ਰੂਰ ਹੀ ਹਾਰ ਮੰਨ ਲਏਗਾ ਪਰ ਨੰਗਾ ਪਿੰਡਾ ਉਹਨੂੰ ਉਹ ਖਾਇਆ ਕਿਸ ਤਰ੍ਹਾਂ ਜਾ ਸਕਦਾ ਸੀ ਆਪਣੇ ਘਰ ਨਹਾਉਣ ਲੱਗਿਆਂ ਮੰਜੀ ਦਾ ਉੱਲਾ ਕਰਕੇ ਉਹ ਕੱਪੜੇ ਲਾਉਂਦੀ ਪਾਉਂਦੀ ਲੋਕਾਂ ਦੀ ਅੱਖ ਬਚਾ ਕੇ ਥੋੜਾ ਜਿਹਾ ਉਹਦੇ ਸਾਹਮਣੇ ਹੋ ਸਕਦੀ ਸੀ ਪਰ ਇਸ ਤਰ੍ਹਾਂ ਇੱਕ ਚੋਲੇ ਜੇ ਨਾਲ ਕੀ ਫੈਸਲਾ ਹੋ ਸਕਦਾ ਸੀ ਗੱਲ ਤੇ ਤਾਂ ਬਣਦੀ ਸੀ ਜੇ ਉਹ ਮੁੰਡਾ ਉਹਨੂੰ ਚੰਗੀ ਤਰ੍ਹਾਂ ਵੇਖ ਲਏ ਚੰਗੀ ਤਰ੍ਹਾਂ ਆਪਣਾਪ ਵਿਖਾਉਣਾ ਤੇ ਬੜਾ ਔਖਾ ਸੀ ਪਰ ਇਹ ਤੋਂ ਬਗੈਰ ਹੋਰ ਚਾਰਾ ਵੀ ਕੀ ਸੀ ਉਹ ਨਾ ਰਜਵਾੜਿਆਂ ਵਿੱਚੋਂ ਸੀ ਜੋ ਆਪਣੇ ਰਾਜ ਵਿੱਚ ਕਿਸੇ ਆਕਲਖਾਨ ਦੀ ਹੋਂਦ ਨਹੀਂ ਸੰਭਾਰ ਸਕਦੇ ਤੇ ਨੰਗਾ ਪਿੰਡਾ ਵਿਖਾਉਣ ਦਾ ਇੱਕੋ ਇੱਕ ਤਰੀਕਾ ਸੀ ਇਹ ਭਾਰੀ ਮੋਰਚਾ ਨਿਉਂ ਕਈ ਫਤਿਹ ਹੋ ਸਕਦਾ ਸੀ ਆਖਰ ਇਸ ਤਰ੍ਹਾਂ ਬੱਟੇ ਕੁੱਟੇ ਰਹਿਣ ਦਾ ਕੀ ਫਾਇਦਾ ਸੀ ਇਹ ਕਿੱਧਰ ਦਾ ਰੋਗ ਹੋਇਆ ਕਿ ਉਹ ਪਹਿਲਾਂ ਬੁਲਾਏਗਾ ਤਾਂ ਹੀ ਬੁਲਾਉਂਗੀ ਨਹੀਂ ਤੇ ਬੁਲਣਾ ਹੀ ਨਹੀਂ ਤੇ ਗਵਾਂਡੀਆਂ ਦਾ ਪ੍ਰੌਣਾ ਆਪਣਾ ਹੀ ਪ੍ਰੌਣਾ ਹੁੰਦਾ ਹੈ ਪ੍ਰੌਣਿਆਂ ਨਾਲ ਇਸ ਤਰ੍ਹਾਂ ਦੂਰ ਦੂਰ ਰਹਿਣਾ ਠੀਕ ਨਹੀਂ ਤੇ ਫਿਰ ਗਲੀ ਦੇ ਪਾਰ ਉਹਦੇ ਘਰ ਗੁਜਰੀ ਨੇ ਇੱਕ ਦਿਨ ਛਾਤੀ ਮਾਰੀ ਮੁੱਖੀਆਂ ਦੁਖੀ ਜਿਆ ਹੋਇਆ ਉਹ ਆਪਣੀਆਂ ਲੱਤਾਂ ਪੈਰ ਕੱਜ ਰਿਆ ਸੀ ਗੁਜਰੀ ਹੱਸ ਪਈ ਪਿਆਰ ਹਮਦਰਦੀ ਦਾ ਹਾਸਾ ਤੇ ਫਿਰ ਬੋਲੀ ਇੱਥੇ ਤੇ ਬਸ ਇਹੋ ਕੁਝ ਜੀਏ ਹਰ ਵੇਲੇ ਮੱਖੀਆਂ ਤੋੜ ਤੋੜ ਖਾਂਦੀਆਂ ਰਹਿੰਦੀਆਂ ਨੇ ਇਹ ਸ਼ਹਿਰ ਤੇ ਨਹੀਂ ਜਿੱਥੇ ਕੋਈ ਮੱਖੀ ਨਾ ਹੋਵੇ ਸ਼ਹਿਰ ਵਿੱਚ ਤੇ ਪਿੰਡਾਂ ਨਾਲੋਂ ਵਧੇਰੇ ਮੱਖੀਆਂ ਹੁੰਦੀਆਂ ਨੇ ਮੁੰਡੇ ਨੇ ਨਿਮਰਤਾ ਨਾਲ ਜਵਾਬ ਦਿੱਤਾ ਉਹ ਗੁਜਰੀ ਤੋਂ ਅਣਜਾਣ ਨਹੀਂ ਸੀ ਜਿੰਨੀ ਜਾਣ ਪਛਾਣ ਗੱਲਾਂ ਕਰਨ ਨਾਲ ਵੱਧ ਈ ਹੈ ਉਹਨੀ ਇੱਕ ਦੂਜੇ ਨੂੰ ਵੇਖਣ ਤੇ ਉਸ ਬਾਰੇ ਗੱਲਾਂ ਸੁਣਨ ਨਾਲ ਬੱਦਦੀ ਹੈ ਇਸ ਕਰਕੇ ਉਹ ਹੁਣ ਇੱਕ ਦੂਜੇ ਦੇ ਪੁਰਾਣੇ ਵਾਕਫ ਹੋ ਗਏ ਸਨ ਇਹ ਸੋਚ ਕੇ ਗੁਜਰੀ ਦੀ ਗੱਲ ਦੇ ਜਵਾਬ ਵਿੱਚ ਉਹਨੇ ਕੋਈ ਬਹੁਤੀ ਹੁਸ਼ਿਆਰੀ ਦੀ ਗੱਲ ਨਹੀਂ ਆਖੀ ਸੀ ਉਹਨੇ ਫੇਰ ਕਿਹਾ ਕਦੀ ਸ਼ਹਿਰ ਆਵੇਂ ਤੇ ਤੈਨੂੰ ਵਿਖਾਈ ਕਿ ਕਿਸ ਤਰ੍ਹਾਂ ਹੱਟੀਆਂ ਮੱਖੀਆਂ ਨਾਲ ਕਾਲੀਆਂ ਹੋਈਆਂ ਪਈਆਂ ਹੁੰਦੀਆਂ ਨੇ ਅਸਾਂ ਕਿੱਥੋਂ ਆਣਾ ਅਸੀਂ ਤੇ ਬਸ ਇੱਥੋਂ ਦੀਆਂ ਮੱਖੀਆਂ ਹੀ ਵੇਖਾਂਗੇ ਗੁਦਰੀ ਨੇ ਝੱਟ ਜਵਾਬ ਦਿੱਤਾ ਫਿਰ ਹੋਰ ਕਿਸੇ ਨੂੰ ਕੁਝ ਔੜਿਆ ਹੀ ਨਾ ਤੇ ਬਸ ਗੱਲ ਮੁੱਕ ਗਈ ਆਪਣੇ ਚੁਬਾਰੇ ਵਾਲੇ ਚੌਂਕੇ ਦੀ ਕੰਧ ਨਾਲ ਖਲੋ ਕੇ ਗੁਦਰੀ ਨੇ ਤੋਂ ਪਿੱਛੋਂ ਵੀ ਉਸ ਨਾਲ ਕਈ ਵੇਰ ਗੱਲਾਂ ਕੀਤੀਆਂ ਹੁਣ ਉਹਨਾਂ ਨੂੰ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਇੱਕ ਦੂਜੇ ਦੇ ਅਸਲੋਂ ਨੇੜੇ ਹਨ ਇੰਨਾ ਨੇੜੇ ਕਿ ਬਿਨਾਂ ਗੱਲਾਂ ਕਰਨ ਦੇ ਵੀ ਇੱਕ ਦੂਜੇ ਦੇ ਕੋਲ ਬਹਿ ਸਕਦੇ ਸਨ ਇਸ ਤਰ੍ਹਾਂ ਬਹਿ ਕੇ ਉਨਾ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਚਿਆ ਵੀ ਸੀ ਪਰ ਗੁਜਰੀ ਦੇ ਦਿਲ ਦੀ ਅੱਗ ਅਜੇ ਠੰਡੀ ਨਹੀਂ ਸੀ ਹੋਈ ਕਾਲਜ ਪੜ੍ਹਦਾ ਮੁੰਡਾ ਪਿੰਡ ਵਿੱਚ ਅਣ ਵਿਚਾਰਿਆ ਕਿਵੇਂ ਰਹਿ ਸਕਦਾ ਸੀ ਦੂਜੇ ਤੀਜੇ ਦਿਨ ਕੋਈ ਨਾ ਕੋਈ ਜਨਾਨੀ ਇਸ ਤਰ੍ਹਾਂ ਦੀ ਗੱਲ ਕਰ ਹੀ ਦਿੰਦੀ ਨੀਚੀ ਮੀ ਦਾ ਪਨੇਵਾ ਰੁੜ ਗਿਆ ਕਿ ਡਾਗੋ ਰੈ ਜਿਵੇਂ ਸਿਉ ਪਿਆ ਭਖਦਾ ਏ ਤੇ ਫਿਰ ਗੁਜਰੀ ਦਾ ਕਲੇਜਾ ਭਖਣ ਲੱਗ ਜਾਂਦਾ ਉਸ ਨਾਲੋਂ ਵਧੇਰੇ ਗੋਰੇ ਹੋਣ ਦਾ ਕਿਸੇ ਨੂੰ ਕੀ ਹੱਕ ਸੀ ਉਹ ਨਿਸ਼ਚਾ ਕਰਦੀ ਕਿ ਉਹ ਚੀਮੀ ਦੇ ਪਨੇਵੇਂ ਨੂੰ ਹਾਰ ਦੇ ਕੇ ਛੱਡੇਗੀ ਇੱਕ ਨਾ ਇੱਕ ਦਿਨ ਉਹ ਆਪਣਾ ਨੰਗਾ ਪਿੰਡਾ ਉਹਦੇ ਨੰਗੇ ਪਿੰਡੇ ਦੇ ਸਾਹਮਣੇ ਖੜਾ ਕਰੇਗੀ ਤੇ ਫਿਰ ਉਹ ਆਪ ਮੰਨੇਗਾ ਕਿ ਗੁਜਰੀ ਉਸ ਨਾਲੋਂ ਉਹਦੇ ਰੇ ਗੁਰੀ ਹੈ ਅੱਜ ਫਿਰ ਗੁਜਰੀ ਨੇ ਚੁਬਾਰੇ ਵਾਲੇ ਚੌਂਕੇ ਦੀ ਕੰਧ ਤੋਂ ਧਿਆਨ ਮਾਰਿਆ ਮੰਜੀ ਤੇ ਬੈਠਾ ਮੁੰਡਾ ਕੁਝ ਪੜ ਰਿਹਾ ਸੀ ਉਹ ਵੀ ਪੌੜੀਆਂ ਉਤਰ ਕੇ ਸਕੂਲ ਜਾ ਪਹੁੰਚੀ ਤੂੰ ਹਰ ਵੇਲੇ ਕਿਤਾਬ ਪੜਦਾ ਰਹਿਣਾ ਹੈ ਕਦੇ ਸਾਡੇ ਪੱਲੇ ਵੀ ਕੁਝ ਪਾਇਆ ਕਰ ਗੁਜਰੀ ਨੇ ਜ਼ੋਰ ਨਾਲ ਉਹਦੀ ਮੰੰਜੀ ਤੇ ਡਿੱਗ ਕੇ ਕਿਹਾ ਮੈਂ ਤੇਮ ਧਿਆਨ ਨਾਲ ਪੜਨਾ ਮਾਂ ਤੂੰ ਕਿੰਮ ਧਿਆਨ ਦੇਣਾ ਤੂੰ ਇਹ ਕਿਤਾਬਾਂ ਸੁਣ ਕੇ ਕੀ ਕਰੇਂਗੀ ਮੈਨੂੰ ਵੀ ਕੁਝ ਹਕਲ ਆ ਜਾਉ ਗੁਜਰੀ ਦਾ ਖਿਆਲ ਸੀ ਕਿ ਸਾਰੀਆਂ ਕਿਤਾਬਾਂ ਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅਕਲ ਸਿਖਾਉਣ ਵਾਲੀਆਂ ਗੱਲਾਂ ਹੀ ਲਿਖੀਆਂ ਹੁੰਦੀਆਂ ਨੇ ਤੈਨੂੰ ਅੱਗੇ ਅਕਲ ਕੋਈ ਨਹੀਂ ਉਸ ਨਜ਼ਰ ਪਰ ਕੇ ਗੁਜ਼ਰੀ ਵੱਲ ਵੇਖਦੇ ਹੋਏ ਕਿ ਆ ਅੱਗੇ ਕਿੱਥੇ ਵੇ ਮੈਂ ਕੋਈ ਪੜ੍ਹੀ ਲਿਖੀ ਆ ਕੋਈ ਨਹੀਂ ਲਿਆ ਅੱਖਾਂ ਭਲਾਂ ਵੇਖੀ ਤੇ ਉਹ ਗੁਜ਼ਰੀ ਦੇ ਹੱਥ ਫੜ ਕੇ ਵੇਖਣ ਲੱਗ ਪਿਆ ਜਿਵੇਂ ਅਕਲ ਵੀ ਕੋਈ ਲਕੀਰ ਸੀ ਜਿਹੜੀ ਹੱਥਾਂ ਪੈਰਾਂ ਤੇ ਕਿਦਰੇ ਪਈ ਹੋਈ ਚਾਚੀ ਕਿੱਥੇ ਵੇ ਗੁਜ਼ਰੀ ਨੇ ਹੱਥ ਫੜਨ ਦੇ ਨਵੇਂ ਪੈਂਡੇ ਤੋਂ ਤਰਭ ਕੇ ਪੁੱਛਿਆ ਅ ਦੂਜੇ ਪਾਸੇ ਕਿਸੇ ਦੀ ਮਕਾਨ ਲੌਣ ਗਈ ਏ ਅਕਲ ਦੀ ਪਾਲ ਚ ਹੱਥ ਵੇਖ ਕੇ ਉਹਦੀਆਂ ਬਾਹਾਂ ਵੇਖ ਰਿਆ ਸੀ ਗੋਰੀਆਂ ਲਸ ਲਸ ਕਰਦੀਆਂ ਪਤਲ ਜੰਮੀਆਂ ਬਾਹਾਂ ਜਿਨ੍ਹਾਂ ਨੂੰ ਹੱਥ ਲਾਉਣ ਤੋਂ ਡਰ ਆਉਂਦਾ ਸੀ ਬਾਹਾਂ 'ਤੇ ਕੁਝ ਨਿੱਕੇ ਨਿੱਕੇ ਨਿਸ਼ਾਨ ਧਾੜ ਕੇ ਉਹਨੇ ਪੁੱਛਿਆ ਇਹ ਨਿਸ਼ਾਨ ਕਾਦੇ ਨੇ ਟੀਕੇ ਆਂਦੇ ਮੈਂ ਨਿੱਕੀ ਹੁੰਦੀ ਨੇ ਟੀਕੇ ਲਵਾਏ ਸਨ ਤੇ ਉਦੋਂ ਦੇ ਤੁਰੇ ਆਉਂਦੇ ਨੇ ਮੁੰਡਾ ਉਹਨਾਂ ਤੇ ਉਂਗਲੀਆਂ ਘਸਾਰਿਆ ਸੀ ਜਿਸ ਤਰ੍ਹਾਂ ਉਂਗਲੀਆਂ ਨਾਲ ਮਲਿਆ ਹੁਣ ਹੀ ਮਿਟ ਜਾਣਗੇ। ਆਹੋ ਉਦੋਂ ਦੇ ਹੀ ਨੇ। ਟੀਕੇ ਫੁੱਲ ਕੇ ਖਰਾਬ ਹੋ ਗਏ ਸਨ ਤੇ ਫਿਰ ਬੜੀ ਪੀੜ ਹੁੰਦੀ ਸੀ। ਪੀੜ ਦੇ ਨਾਂ ਤੇ ਮੁੰਡੇ ਦਾ ਹੱਥ ਹੰਦਰ ਦੇ ਨਾਲ ਉਹਦੀ ਬਾਹ ਉਹਦੀ ਕੰਡ ਤੇ ਦੂਜੇ ਮੋਢੇ ਤੇ ਚਲਾ ਗਿਆ। ਗੁਜ਼ਰੀ ਨੇ ਉਹਨੂੰ ਹਟਕਿਆ ਨਾ। ਆਪਣੇ ਸਾਹਮਣੇ ਮੁਕਾਬਲੇ ਦੀ ਘੜੀ ਨੇੜੇ ਆ ਰਹੀ ਸੀ। ਹੋਰ ਝਟ ਨੂੰ ਉਸ ਮੁੰਡੇ ਨੇ ਆਪੇ ਹਾਰ ਮੰਨ ਜਾਣੀ ਸੀ। ਤੇ ਫਿਰ ਗੁਜਰੀ ਉਸ ਮੁੰਡੇ ਦੇ ਸਾਹਮਣੇ ਖਲੋ ਕੇ ਪੁੱਛੇਗੀ ਸਾਡੇ ਦੋਵਾਂ ਵਿੱਚੋਂ ਭਲਾ ਕੌਣ ਘਰੇ ਚਾਚੀ ਚੀਮੀ ਦੇ ਅੰਗਰੇਜ਼ਾਂ ਵਰਗੇ ਗੋਰੇ ਭਨੇਵਿਆਂ ਤੂੰ ਹੀ ਦੱਸ ਧੰਨਵਾਦ